ਡੀਅਰ ਸਟੂਡੈਂਟਸ ਵੈਲਕਮ ਬੈਕ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਅਸੀਂ ਕੀਤਾ ਸੀ मीनिंग ऑफ एम लर्निंग मोबाइल लर्निंग ਦਾ मीनिंग ਕੀ ਹੈ ਅਰਥ ਕੀ ਹੈ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਆਬਜੈਕਟਿਵਸ ਆਫ ਐਮ ਲਰਨਿੰਗ ਕਿਹੜੇ ਕਿਹੜੇ ਉਦੇਸ਼ ਨੇ ਜਿਹੜੀ ਮੋਬਾਈਲ ਲਰਨਿੰਗ ਹੈ ਕਿਹੜੇ ਕਿਹੜੇ ਏਮਸ ਨੇ ਟੂ ਲਰਨ ਐਟ ਐਨੀ ਟਾਈਮ ਪਹਿਲਾ ਉਦੇਸ਼ ਇਹ ਹੈ ਕਿ ਤੁਸੀਂ ਕਿਸੇ ਵੀ ਥਾਂ ਤੇ ਸਿੱਖ ਸਕਦੇ ਹੋ ਜਿਸੇ ਵੀ ਥਾਂ ਤੇ ਸਿੱਖਣ ਦੇ ਯੋਗ ਬਣਾਉਣਾ ਹੁਣ ਮੋਬਾਈਲ ਹੈ ਜਿੱਥੇ ਅਸੀਂ ਜਾ ਰਹੇ ਹਾਂ ਆਪਣਾ ਮੋਬਾਈਲ ਅਸੀਂ ਨਾਲ ਲੈ ਕੇ ਜਾ ਰਹੇ ਹਾਂ ਤੇ ਅਸੀਂ ਕਿਤੇ ਵੀ ਜਿੱਥੇ ਵੀ ਗਏ ਆਂ ਭਾਵੇਂ ਉਹ ਹਿਲੀ ਏਰੀਆ ਹੈ ਭਾਵੇਂ ਕੋਈ ਰੂਰਲ ਏਰੀਆ ਹੈ ਜਾਂ ਅਸੀਂ ਆਊਟ ਆਫ ਸਟੇਟ ਗਏ ਆਂ ਅਸੀਂ ਹਰ ਥਾਂ ਤੇ ਸਿੱਖ ਸਕਦੇ ਆਂ ਟੂ ਲਰਨ ਐਟ ਐਨੀ ਟਾਈਮ ਫਿਰ ਕੋਈ ਫਿਕਸ ਟਾਈਮ ਵੀ ਨਹੀਂ ਅਗਲਾ ਉਦੇਸ਼ ਇਹ ਹੈ ਵੀ ਜਿਹੜਾ ਵਿਅਕਤੀ ਹੈ ਉਹ ਕਿਸੇ ਵੀ ਟਾਈਮ ਸਿੱਖ ਸਕੇ ਸਵੇਰ ਹੈ ਰਾਤ ਹੈ ਦਿਨ ਹੈ ਕੋਈ ਵੀ ਟਾਈਮ ਹੈ ਜਦੋਂ ਮੀਨਸ ਬੱਚੇ ਦਾ ਦਿਲ ਕਰ ਰਿਹਾ ਕਿਉਂਕਿ ਜਿਹੜੀ ਮੋਬਾਈਲ ਲਰਨਿੰਗ ਹੈ ਇਹਦੇ ਵਿੱਚ ਜਿਹੜੇ ਵੀ ਅਸੀਂ ਕਿਸੇ ਐਪ ਨੂੰ ਯੂਜ਼ ਕਰ ਰਹੇ ਹਾਂ ਜਾਂ ਕੋਈ ਵੈਬਸਾਈਟ ਯੂਜ਼ ਕਰ ਰਹੇ ਹਾਂ ਉਹਦੇ ਉੱਪਰ ਜਿਹੜਾ ਮਟੀਰੀਅਲ ਇੱਕ ਵਾਰ ਪੈ ਗਿਆ ਤੇ ਉਹਦੇ ਉੱਪਰ ਉਸ ਤਰੀਕੇ ਨਾਲ ਹੀ ਉਹ ਪਰਮਨੈਂਟ ਰਹਿੰਦਾ ਹੈ ਇਸ ਕਰਕੇ ਟਾਈਮ ਦੀ ਜਿਹੜੀ ਕੋਈ ਪ੍ਰੋਬਲਮ ਹੈ ਉਹ ਨਹੀਂ ਆਉਂਦੀ ਅਸੀਂ ਕਦੋਂ ਵੀ ਆਪਣੀ ਜਿਹੜੀ ਕੋਈ ਵੀਡੀਓ ਹੈ ਜਾਂ ਕੋਈ ਮਟੀਰੀਅਲ ਆਨਲਾਈਨ ਲੱਭਣਾ ਸੀ ਲੱਭ ਸਕਦੇ ਹਾਂ ਅਗਲਾ ਉਦੇਸ਼ ਹੈ ਟੂ ਫਿਟ ਵਿਦ ਲਰਨਿੰਗ এনवायरमेंट ਜਿਹੜਾ ਲਰਨਿੰਗ এনवायरमेंट ਹੈ ਉਹਦੇ ਚ ਫਿੱਟ ਬਿਠਾਉਣਾ ਫਿੱਟੇ ਬਿਠਾਉਣ ਦਾ ਮਤਲਬ ਬੱਚੇ ਨੂੰ ਉੱਥੇ ਸਹੀ ਐਡਜਸਟ ਕਰਨਾ ਕਿਉਂਕਿ ਜਿਹੜੇ ਬੱਚੇ ਨੂੰ ਉਹਨਾਂ ਨੂੰ ਐਡਜਸਟਮੈਂਟ ਦੀ ਪ੍ਰੋਬਲਮ ਆਉਂਦੀ ਹੈ ਕਿੱਥੇ ਲਰਨਿੰਗ এনवायरमेंट ਵਧੀਆ ਨਹੀਂ ਹੁੰਦਾ ਹੁਣ ਬੱਚਾ ਕਈ ਵਾਰਨ ਦਾ ਵੀ ਸਕੂਲ ਦੇ ਵਿੱਚ ਸਹੀ ਤਰੀਕੇ ਨਾਲ ਨਹੀਂ ਸਮਝ ਪਾਇਆ ਤਾਂ ਉਹ ਮੋਬਾਈਲ ਲਰਨਿੰਗ ਦੇ ਜ਼ਰੀਏ ਆਪਣੇ ਟੌਪਿਕ ਨੂੰ ਕਲੀਅਰ ਕਰ ਲੇਗਾ ਤੇ ਇਸ ਨਾਲ ਉਹ ਜਿਹੜਾ ਸਕੂਲ ਦਾ ਲਰਨਿੰਗ এনवायरमेंट ਹੈ ਉਹਦੇ ਵਿੱਚ ਉਹ ਨੈਕਸਟ ਡੇ ਤੋਂ ਫਿੱਟ ਹੋ ਜਾਏਗਾ ਕਿਉਂਕਿ ਉਹਨੂੰ ਜਿਹੜੀ ਨੌਲੇਜ ਕੱਲ ਪ੍ਰੋਪਰ ਨਹੀਂ ਮਿਲ ਸਕੀ ਸੀ ਅੱਜ ਉਹਨੇ ਉਹਨੂੰ ਗੇਨ ਕਰ ਲਿਆ ਤੇ ਉਹਦੇ ਅਕੋਰਡਿੰਗ ਉਹ ਬੱਚਿਆਂ ਦੇ ਨਾਲ ਉੱਥੇ ਅਡਜਸਟ ਹੋ ਜਾਏਗਾ ਟੂ ਰੀਚ ਡਿਸਰਵਡ ਸਟੂਡੈਂਟਸ ਅਗਲਾ ਉਦੇਸ਼ ਉਹਨਾਂ ਵਿਦਿਆਰਥੀਆਂ ਤੱਕ ਪਹੁੰਚਾਉਣਾ ਹੈ ਮੋਬਾਈਲ ਲਰਨਿੰਗ ਨੂੰ education ਉਹਨਾਂ ਵਿਦਿਆਰਥੀਆਂ ਤੱਕ ਪਹੁੰਚਾਉਣੀ ਹੈ ਜਿਹੜੇ ਕਿ ਡਿਜ਼ਰਵ ਕਰਦੇ ਨੇ ਮੀਨਸ ਦੀਡੀ ਨੇ ਬੱਚੇ ਜਿਹੜੇ ਕਿ ਕਿਸੇ ਵੀ ਰੀਜ਼ਨ ਕਰਕੇ ਪ੍ਰੋਪਰ ਜਿਹੜੀ ਆਪਣੀ ਸਕੂਲਿੰਗ ਆ ਉਹਨੂੰ ਕੰਪਲੀਟ ਨਹੀਂ ਕਰ ਸਕਦੇ ਜਾਂ ਜਿਹੜੇ ਬੱਚੇ ਸਲੋ ਲਰਨਰਸ ਨੇ ਉਹ ਆਪਣੇ ਜਿਹੜੇ ਟਾਪਿਕ ਨੇ ਉਹ ਤੋਂ ਵਧੀਆ ਤਰੀਕੇ ਨਾਲ ਕਲੀਅਰ ਕਰ ਸਕਦੇ ਨਹੀਂ ਵਧੀਆ ਤਰੀਕੇ ਜਿਹੜੀ ਇਨਫੋਰਮੇਸ਼ਨ ਉਹ ਗੇਨ ਕਰ ਸਕਦੇ ਨੇ ਡਿਜ਼ਰਵ ਮੀਨਸ ਉਹ ਸਾਰੇ ਬੱਚੇ ਜਿਹੜੇ ਕਿ ਜ਼ਰੂਰਤ ਰੱਖਦੇ ਨੇ ਦੀ এডਿਕੇਸ਼ਨ ਦੀ ਉਹਨਾਂ ਤੱਕ ਪਹੁੰਚਾਉਣਾ এডੂਕੇਸ਼ਨ ਐਮ ਲਰਨਿੰਗ ਦਾ ਉਦੇਸ਼ ਹੈ ਟੂ ਪ੍ਰੋਵਾਈਡ ਪਰਸਨਲ ਐਕਸਪੀਰੀਐਂਸਸ ਅਗਲਾ ਉਦੇਸ਼ ਕੀ ਜਿਹੜਾ ਬੱਚਾ ਹੈ ਵਿਅਕਤੀ ਹੈ ਉਹਨੂੰ ਜਿਹੜੇ ਪਰਸਨਲ ਐਕਸਪੀਰੀਐਂਸਸ ਨੇ ਨਿੱਜੀ ਤਜਰਬੇ ਨੇ ਉਹ ਪ੍ਰੋਵਾਈਡ ਕਰਨਾ ਕਿਉਂਕਿ ਜਦੋਂ ਅਸੀਂ ਕੁਝ ਵੀ ਐਮ ਲਰਨਿੰਗ ਦੇ ਦੁਆਰਾ ਪੜ੍ਹ ਰਹੇ ਹਾਂ ਤਾਂ ਉਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਜਿਹੜੇ ਗੱਲਾਂ ਨੇ ਉਹ ਸਿੱਖਣ ਨੂੰ ਮਿਲਦੀਆਂ ਨੇ ਜਿਹੜੇ ਕਿ ਸਾਨੂੰ ਜਿਹੜੇ ਸਾਡੇ ਪਰਸਨਲ ਐਕਸਪੀਰੀਐਂਸ ਨੇ ਉਹ ਪ੍ਰੋਵਾਈਡ ਕਰਦੀਆਂ ਨੇ ਉਹ ਦਿੰਦੀਆਂ ਨੇ ਸਾਨੂੰ ਨੈਕਸਟ ਆ ਟੂ ਇੰਪਰੂਵ ਸੋਸ਼ਲ ਸਕਿਲਸ ਆਫ 21ਸੈਂਚਰੀ ਹੁਣ ਜਿਹੜੀ 21ਸੈਂਚਰੀ ਦੀਆਂ ਸੋਸ਼ਲ ਸਕਿਲਸ ਨੇ ਉਹਨਾਂ ਨੂੰ ਇੰਪਰੂਵ ਕਰਨਾ ਇਹ ਵੀ ਇਹਦਾ ਉਦੇਸ਼ ਹੈ ਹੁਣ ਕਿਹੜੀਆਂ ਸਕਿਲਸ ਨੇ ਜਿਵੇਂ ਕਿ ਪਹਿਲੀ ਗੱਲ ਤਾਂ ਜਦੋਂ ਅਸੀਂ ਕਿਸੇ ਨੂੰ ਮਿਲਣਾ ਕਿਸ ਤਰੀਕੇ ਨਾਲ ਗੱਲਬਾਤ ਕਰਨੀ ਹੈ ਕਿਵੇਂ ਦੂਸਰਿਆਂ ਦੀ ਰਿਸਪੈਕਟ ਕਰਨੀ ਹੈ ਇਹ ਸਾਰਾ ਕੁਝ ਤੁਸੀਂ ਮੋਬਾਈਲ ਲਰਨਿੰਗ ਦੇ ਜ਼ਰੀਏ ਸਿੱਖ ਸਕਦੇ ਹੋ ਤੁਸੀਂ ਆਪਣੀ ਪਰਸਨੈਲਿਟੀ ਕਿਵੇਂ ਡਿਵੈਲਪ ਕਰ ਸਕਦੇ ਹੋ ਤੁਸੀਂ ਆਪਣੇ ਜਿਹੜੇ ਰਿਲੇਸ਼ਨ ਨੂੰ ਅੱਛੇ ਕਿਵੇਂ ਬਣਾ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਕੀ ਨੇ ਮੋਬਾਈਲ ਲਰਨਿੰਗ ਦੇ ਜ਼ਰੀਏ ਜਿਹੜੀਆਂ ਸੋਸ਼ਲ ਸਕਿਲਸ ਨੇ ਉਹ ਇੰਪਰੂਵ ਹੁੰਦੀਆਂ ਨੇ ਜਿਹੜੀ ਕਿ ਅੱਜ ਦੀ ਜਿਹੜੀ ਸਾਡੀ 24 ਸੈਂਚਰੀ ਹੈ ਉਹਦੇ ਵਿੱਚ ਇਹਨਾਂ ਦੀ ਜ਼ਰੂਰਤ ਵੀ ਹੈ ਨੈਕਸਟ ਹੈ ਟੂ ਪ੍ਰੋਵਾਈਡ ਅਪਰਚੂਨਿਟੀਆਂ ਮੋਬਾਈਲ ਲਰਨਿੰਗ ਦਾ ਅਗਲਾ ਉਦੇਸ਼ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਅਪਰਚੂਨਿਟੀਆਂ ਨੇ ਜਿਹੜੇ ਮੌਕੇ ਨੇ ਉਹ ਪ੍ਰੋਵਾਈਡ ਕਰਨਾ ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਕਲਾਸ ਦੇ ਵਿੱਚ ਜਦੋਂ ਬੱਚੇ ਜ਼ਿਆਦਾ ਹੁੰਦੇ ਨੇ ਤਾ ਹੋ ਸਾਰੀਆਂ ਜਿਹੜੀਆਂ ਆਪਰਚੂਨਿਟੀਆਂ ਨੇ ਸਾਰੇ ਬੱਚੇ ਉਹਨਾਂ ਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਸਕਦੇ ਤੇ ਜਿਹੜਾ ਮੋਬਾਈਲ ਲਰਨਿੰਗ ਹੈ ਇਹਦੇ ਵਿੱਚ ਸਾਰੇ ਬੱਚਿਆਂ ਨੂੰ ਜਿਹੜੀਆਂ ਆਪਰਚੂਨਿਟੀਆਂ ਨੇ ਉਹ ਉਹਨਾਂ ਨੂੰ ਮਿਲਦੀਆਂ ਨੇ ਹੁਣ ਕਿਦਾਂ ਜਿਵੇਂ ਕਿ ਬੱਚੇ ਨੇ ਆਨਲਾਈਨ ਕੋਈ ਵੀ ਮੋਬਾਈਲ ਤੇ ਐਪ ਡਾਊਨਲੋਡ ਕੀਤਾ ਹੋਇਆ ਉਹਦੇ ਵਿੱਚ ਕੁਝ ਐਮਸੀਕਿਊ ਵੀ ਹੁੰਦੇ ਨੇ ਕੁਝ ਰਿਟਨ ਫਾਰਮ ਦੇ ਆਨਸਰ ਵੀ ਹੁੰਦੇ ਨੇ ਤੇ ਬੱਚੇ ਨੇ ਉਹਨੂੰ ਨਾਲ ਦੀ ਨਾਲ ਕਰਨਾ ਹੈ ਸੋਲਵ ਕਰਨਾ ਹੈ ਸੋਲਵ ਕਰਕੇ ਸਬਮਿਟ ਕਰਨਾ ਹੁੰਦਾ ਹੈ ਤੇ ਜਿਹੜਾ ਉਹਨੇ ਪਹਿਲਾ ਕੁਐਸਚਨ ਦਾ ਆਨਸਰ ਲਿਖਿਆ ਉਹਨੂੰ ਨਾਲ ਦੀ ਨਾਲ ਫੀਡਬੈਕ ਮਿਲ ਜਾਂਦੀ ਹੈ ਤੇ ਇਹਨਾਂ ਜਿਹੜਾ ਬੱਚਾ ਹੈ ਭਾਵੇਂ ਕੋਈ ਵੀ ਉਸ ਐਪ ਨੂੰ ਯੂਜ਼ ਕਰ ਰਿਹਾ ਹੈ ਤਾਂ ਉਹ ਅਪਰਚੂਨਿਟੀ ਸਾਰਿਆਂ ਨੂੰ ਹੀ ਮਿਲੇਗੀ ਨੈਕਸਟ ਹੈ ਟੂ ਮੇਕ ਲਰਨਿੰਗ ਇੰਟਰਸਟਿੰਗ ਅਗਲਾ ਉਦੇਸ਼ ਕੀ ਜਿਹੜੀ ਟੀਚਿੰਗ ਹੈ ਲਰਨਿੰਗ ਹੈ ਉਹਨੂੰ ਇੰਟਰਸਟਿੰਗ ਬਣਾਉਣਾ ਹੁਣ ਜਿੰਨੀ ਦੇਰ ਤੱਕ ਜਿਹੜਾ ਟੀਚਿੰਗ ਲਰਨਿੰਗ ਪ੍ਰੋਸੈਸ ਹੈ ਇੰਟਰਸਟਿੰਗ ਨਹੀਂ ਹੋਏਗਾ ਉਨੀ ਦੇਰ ਤੱਕ ਜਿਹੜਾ ਅਸੀਂ ਬੱਚਿਆਂ ਦਾ ਲਰਨਿੰਗ ਲੈਵਲ ਹੈ ਉਹਨੂੰ ਆਪਣਾ ਹੀ ਕਰ ਸਕਦੇ ਹੁਣ ਉਹਨੂੰ ਉੱਚਾ ਨਹੀਂ ਚੁੱਕ ਸਕਦੇ ਹੁਣ ਜਿਹੜੀ ਐਮ ਲਰਨਿੰਗ ਹੈ ਇਹਦੇ ਨਾਲ ਕੀ ਹੋ ਰਿਹਾ ਜਿਹੜੀ ਲਰਨਿੰਗ ਹੈ ਸਿੱਖਣਾ ਉਹ ਇੰਟਰਸਟਿੰਗ ਹੋ ਰਿਹਾ ਮੀਨਜ਼ ਰੁਚੀ ਭਰਪੂਰ ਹੋ ਰਿਹਾ ਬੱਚੇ ਆਪਣੇ ਅਕੋਰਡਿੰਗ ਜਿਹੜਾ ਐਪ ਉਹਨਾਂ ਨੂੰ ਵਧੀਆ ਲੱਗਦਾ ਹੈ ਜਿਹੜੇ ਕਿਸੇ ਟੀਚਰ ਦੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਜਿਹੜੇ ਕਿਸੇ ਵੈਬਸਾਈਟ ਤੋਂ ਉਹਨੂੰ ਕੋਈ ਵੀ ਜਿਹੜਾ ਟੌਪਿਕ ਨਾਲ ਰਿਲੇਟਡ ਕੰਟੈਂਟ ਵਧੀਆ ਮਿਲ ਰਿਹਾ ਹੈ ਤੇ ਉਹਦੇ ਅਕੋਰਡਿੰਗ ਬੱਚਾ ਆਪਣੇ ਇੰਟਰਸਟ ਦੇ ਅਕੋਰਡਿੰਗ ਸਿੱਖੇਗਾ। ਡਵੈਲਪਮੈਂਟ ਆਫ ਕੋਆਪਰੇਸ਼ਨ ਹੁਣ ਇਹਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਕੋਆਪਰੇਟ ਕਿਵੇਂ ਕਰਨਾ ਹੈ, ਕੋਆਰਡੀਨੇਸ਼ਨ ਕਿਵੇਂ ਬਣਾ ਕੇ ਰੱਖਣੀ ਆ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਸ ਤਰ੍ਹਾਂ ਦੇ ਸਕਿਲਸ ਵੀ ਉਹ ਆਪਣੇ ਵਿੱਚ ਡਵੈਲਪ ਕਰਦੇ ਨੇ। ਕਿਉਂਕਿ ਇਹਦੇ ਵਿੱਚ ਕੀ ਹੈ ਵੀ ਜੇਕਰ ਇੱਕ ਬੱਚੇ ਕੋਲ ਮੋਬਾਈਲ ਨਹੀਂ ਹੈ ਤਾਂ ਦੂਸਰੇ ਬੱਚੇ ਨੂੰ ਸਹਿਯੋਗ ਕਰਦਾ ਹੈ। ਹੁਣ ਜਿਹੜਾ ਇੱਕ ਬੱਚਾ ਇਹਨੇ ਕੰਟੈਂਟ ਲੱਭਿਆ ਤਾਂ ਉਹ ਦੂਸਰੇ ਬੱਚੇ ਨਾਲ ਸ਼ੇਅਰ ਕਰਕੇ ਉਹਨੂੰ ਕੋਆਪਰੇਟ ਵੀ ਕਰਦਾ ਹੈ। ਸਹਿਯੋਗ ਦਿੰਦਾ ਹੈ ਉਹਨੂੰ ਇਸ ਕਰਕੇ ਕੀ ਹੈ ਵੀ ਬੱਚੇ ਦੇ ਵਿੱਚ ਜਿਹੜੀ ਕੋਆਪਰੇਸ਼ਨ ਆ ਉਹਦੀ ਡਿਵੈਲਪਮੈਂਟ ਵੀ ਇਹਦੇ ਦੁਆਰਾ ਹੁੰਦੀ ਹੈ ਕਨੈਕਟੀਵਿਟੀ ਵਿਦ ਮਾਡਰਨ ਟੈਕਨੋਲੋਜੀ ਅਗਲਾ ਉਦੇਸ਼ ਹੈ ਜਿਹੜੀ ਸਾਡੀ ਮਾਡਰਨ ਟੈਕਨੋਲੋਜੀ ਹੈ ਉਹਦੇ ਨਾਲ ਜੋੜਨਾ ਕਿੰਨਾਂ ਨੂੰ ਜੋੜਨਾ ਭਾਵੇਂ ਵਿਦਿਆਰਥੀ ਨੇ ਭਾਵੇਂ ਪੇਰੈਂਟਸ ਨੇ ਭਾਵੇਂ ਪੜ੍ਹੇ ਲਿਖੇ ਨਹੀਂ ਹੈਗੇ ਲੋਕ ਭਾਵੇਂ ਬਜ਼ੁਰਗ ਨੇ ਸਾਰਿਆਂ ਨੂੰ ਕਿਉਂਕਿ ਜਿਹੜੀ ਲਰਨਿੰਗ ਹੈ ਉਹ ਕੋਈ ਏਜ ਬਾਉਂਡ ਨਹੀਂ ਹੈ ਕਿ ਤੁਸੀਂ ਐਨੀ ਉਮਰ ਤੋਂ ਵੱਧ ਸਿੱਖ ਨਹੀਂ ਸਕਦੇ ਇਸ ਕਰਕੇ ਜਿਹੜੀ ਮਾਡਰਨ ਟੈਕਨੋਲੋਜੀ ਉਹਨਾਂ ਨਾਲ ਜੋੜ ਕੇ ਰੱਖਣਾ ਤੇ ਜਿਹੜੀਆਂ ਹੋਰ ਟੈਕਨੀਕਸ ਯੂਜ਼ ਹੋ ਰਹੀਆਂ ਨੇ ਐਮ ਲਰਨਿੰਗ ਦੇ ਵਿੱਚ ਕੋਈ ਐਪਸ ਨਵੇਂ ਆ ਰਹੇ ਨੇ ਉਹਨਾਂ ਸਾਰਿਆਂ ਬਾਰੇ ਜਿਹੜੀ ਜਾਣਕਾਰੀ ਉਹ ਪ੍ਰੋਵਾਈਡ ਕਰਨਾ ਤੇ ਜਿਹੜੀ ਕਨੈਕਟੀਵਿਟੀ ਉਹ ਬਣਾ ਕੇ ਰੱਖਣਾ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਸਿਰਫ ਇੰਨਾ ਹੀ ਥੈਂਕ ਯੂ